ਧਮਕੀਆਂ ਫੋਨਾਂ ਤੇ ਦਿੰਨੇ ਇਹ ਵੀਡੀਓ ਫੋਟੋ ਨਹੀਂ ਡਿਲੀਟ ਹੁੰਦੀ ਪਹਿਲਾਂ ਅਗਲੇ ਦੇ ਪਿੰਡ ਜਾਓ ਜੇ ਤੁਹਾਡੇ ਮੰਨ ਕੇ ਚੱਲ ਸਿੱਧਾ ਦੇਖੋ ਵੀ ਆ ਜਾਓ ਬੰਦੇ ਨਾਲ ਜਿਹਨੇ ਦੇਖਣਾ ਸਿੱਧਾ ਘੋਲ ਆ ਜਾਓ ਵੀ ਤਕੜਾ ਹੋ ਕੇ ਦੇਖੋ ਇਕੱਲੇ ਨੂੰ ਇਕੱਲਾ ਦੇਖੋ ਜਿੰਨੇ ਵਾਰੀ ਮੈਂ ਅਸੀਂ ਕੀਤਾ ਲਲਕਾਰ ਕੇ ਕੀਤਾ ਵੀ ਆ ਜਾਓ ਤੁਹਾਡੀ ਭੈਣ ਦੇ ਅਸੀਂ ਖੜੇ ਹਾਂ ਖੜੇ ਹਾਂ ਤੁਹਾਡੀ ਅਸੀਂ ਕਿਤੇ ਡਰਦੇ ਹਾਂ ਕਿਸੇ ਭੈਣ ਉੱਤੋਂ ਭੈਣ ਦੀ ਸਾਰੇ ਟੈਂਪੂ ਅਸੀਂ ਕਿਤੋਂ ਡਰਦੇ ਡਰਦੇ ਭੈਣ ਉੱਤੋਂ ਠੀਕ ਆ ਜਿਹੜੇ ਗੱਲਾਂ ਤੋਂ ਖੜੇ ਹਾਂ ਤਾਂ ਖੜੇ ਹਾਂ ਇਹ ਹਟਦੇ ਨੀ ਭੈਣ ਪੰਗੇ ਲੈਂਦੇ ਰਹਿੰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲੇ ਤੇ ਬੱਬੂ ਮਾਨ ਦਾ ਮੁੱਦਾ ਕਾਫੀ ਭਖਿਆ ਆ ਰਿਹਾ ਹੈ ਜਿਸ ਕਾਰਨ ਕਾਫੀ ਲੋਕ ਸਿੱਧੂ ਮੂਸੇਵਾਲੇ ਦੀ ਸਪੋਰਟ ਕਰ ਰਹੇ ਹਨ ਤੇ ਉਹਨਾਂ ਦੇ ਸਪੋਰਟਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੀ ਸਪੋਰਟ ਕਰਨ ਤੇ ਕਾਫੀ ਧਮਕੀਆਂ ਵੀ ਮਿਲ ਰਹੀਆਂ ਹਨ ਬੋਲਿਆ ਪਰ ਤੁਹਾਡੇ ਬੰਦੇ ਮੈਨੂੰ ਧਮਕਾਉਂਦੇ ਆ ਮਾਰ ਦਾਂਗੇ ਮਰਨਾ ਤਾਂ ਸਭ ਨੇ ਬਾਈ ਇੱਕ ਦਿਨ ਹੀ ਆ ਅੱਜ ਨਹੀਂ ਤਾਂ ਕੱਲ ਉਹ ਤਾਂ ਮਾਰੀ ਹੀ ਜਾਣਾ ਬਾਈ ਹਾਂ ਪਰ ਇਨਸਾਨ ਦਾ ਕੰਮ ਨਹੀਂ ਹੁੰਦਾ ਫੋਨ ਕਰਕੇ ਕਿਸੇ ਨੂੰ ਧਮਕੀਆਂ ਦੇਣੀਆਂ ਪਰ ਵੈਸੇ ਬਾਈ ਮੈਂ ਇੱਕ ਗੱਲ ਕਹਾਂ ਹਾਂ ਬਾਈ ਇਹ ਆਪਣਾ ਦਾ ਸਿੱਧੂ ਨੇ ਠੀਕ ਤਾਂ ਨਹੀਂ ਕੀਤਾ ਇਹ ਨਹੀਂ ਪਰ ਬਾਈ ਤੁਸੀਂ ਕਿਹੜਾ ਠੀਕ ਕਰਦੇ ਹੋ ਮੈਨੂੰ ਫੋਨ ਕਰ ਧਮਕੀਆਂ ਦੇਈ ਜਾਂਦੇ ਹੋ ਸਾਰੇ ਉਹ ਤਾਂ ਕੀਤੀ ਜਦ ਸਿੱਧੂ ਨੇ ਪਹਿਲਾਂ ਭਾਈ ਨਹੀਂ ਨਹੀਂ ਤੁਸੀਂ ਮੈਨੂੰ ਫੋਨ ਕਰ ਮੈਨੂੰ ਧਮਕੀਆਂ ਦੇਈ ਜਾਂਦੇ ਹੋ ਮੈਂ ਤਾਂ ਕੁਝ ਗਲਤ ਵੀ ਨਹੀਂ ਬੋਲਿਆ ਫਿਰ ਸਿੱਧੂ ਨੂੰ ਵੀ ਬਾਈ ਬੋਲਦੀ ਹੋਣਗੇ ਇੱਦਾਂ ਤਾਂ ਇਸੇ ਤਰ੍ਹਾਂ ਪਾਨਾ ਸਿੱਧੂ ਵੀ ਸਿੱਧੂ ਮੂਸੇਵਾਲੇ ਦੀ ਸਪੋਰਟ ਵਿੱਚ ਸਨ ਤੇ ਉਹ ਆਪਣੇ ਲਾਈਵ ਵਿੱਚ ਇਸ ਮਾਮਲੇ ਬਾਰੇ ਗੱਲਬਾਤ ਕਰ ਰਹੇ ਸਨ ਤੇ ਦੋ ਚਾਰ ਵਿਅਕਤੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਪਾਨਾ ਸਿੱਧੂ ਨੇ ਵਿਰੋਧ ਕਰਨ ਵਾਲਿਆਂ ਨੂੰ ਕਾਫੀ ਖੜੀਆਂ ਸੁਣਾ ਦਿੱਤੀਆਂ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਪਾਨਾ ਸਿੱਧੂ ਦੀ ਉਹ ਪੂਰੀ ਵੀਡੀਓ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਰ ਨਵੀਆਂ ਅਪਡੇਟਸ ਨੂੰ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਿਉਂਕਿ ਘਰੇ ਬੈਠਾ ਖੁਦ ਹੀ ਗਾਣ 'ਚ ਬਾਂਹ ਪਾਲਾਂਗੇ ਅਸੀਂ ਭੈਣ ਚੁੱਤ ਕਿਸੇ ਤੋਂ ਡਰਦੇ ਆਪਦੇ ਘਰੇ ਭੈਣ ਦੀ ਪੁੱਤੀ ਹੋਣਗੇ ਜਿਹੜੇ ਹੋਣਗੇ ਆਪਦੇ ਘਰੇ ਹੋਣਗੇ ਬਦਮਾਸ਼ ਹਰ ਇੱਕ ਬੰਦਾ ਬਦਮਾਸ਼ ਆ ਯਾਰ ਮੇਰੀ ਨਿਗਾਹ 'ਚ ਹਰ ਇੱਕ ਬੰਦਾ ਮੇਰੀ ਨਿਗਾਹ 'ਚ ਹਰ ਇੱਕ ਬੰਦਾ ਆਪਦੇ ਘਰੇ ਤਕੜਾ ਹਰ ਇੱਕ ਬੰਦਾ ਅਮੀਰ ਆ ਮੇਰੀ ਨਿਗਾਹ ਦੇ ਵਿੱਚ ਜੇ ਕੋਈ ਭੈਣ ਚੋਦ ਆਖੂਗਾ ਵੀ ਐਂ ਕਰ ਲਾ ਅਸੀਂ ਨਹੀਂ ਭੈਣ ਚੋਦ ਕਿਸੇ ਤੋਂ ਦੱਬਦੇ ਹੋਣਗੇ ਆਪਦੇ ਘਰੇ ਹੋਣਗੇ ਅਸੀਂ ਜੋ ਕੰਮ ਕਰਦੇ ਹਾਂ ਮੈਨੂੰ ਆਪਣੇ ਆਪ ਨੂੰ ਪਤਾ ਵੀ ਜੋ ਮੈਂ ਕੰਮ ਕਰਦਾ ਮੈਂ ਦਿਲੋਂ ਸਹੀ ਕੰਮ ਕਰਦਾ ਜੇ ਕੋਈ ਭੈਣ ਚੋਦ ਆ ਕੇ ਆਖੂ ਐਂ ਆਖੂ ਨਾ ਅਸੀਂ ਨਹੀਂ ਭੈਣ ਚੋਦ ਕਿਸੇ ਦੀ ਹਕੂਮਤ ਚੱਲਦੇ ਜਾਂ ਕਮੈਂਟ ਕਮੁੰਟ ਜਿਹੜੇ ਟੁੱਚ ਜੇ ਕਰਨੇ ਜਦੋਂ ਮਰਜ਼ੀ ਆ ਜਾਓ ਕੋਰਟ ਤੋਂ ਨਹੀਂ ਆ 4-5 ਦਿਨ ਨਾਲ ਤਾਂ ਸਾਡਾ ਧਰਨਾ ਚੱਲ ਰਿਹਾ ਅਤੇ ਨਾਲੇ ਉੱਥੇ ਆ ਜਾਓ ਨਾਲੇ ਸਗੜ ਸਕੀਮ ਕਰਕੇ ਹੀ ਭੇਜਾਂਗੇ ਇਹ ਜਿਹੜਾ ਸਾਡਾ ਸਿਸਟਮ ਜਿਹੜਾ ਉਹ ਚੱਲ ਰਿਹਾ ਇਹ ਮੈਂ ਤੁਹਾਨੂੰ ਵਾਰ ਵਾਰ ਗੱਲ ਕਹਿਣਾ ਐਵੇਂ ਸਾਡੇ 'ਤੇ ਭੈਣ ਚੋਦ ਹੋਵੋਗੇ ਤੁਸੀਂ ਆਪਦੇ ਘਰੇ ਹੋਵੋਗੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜੇ ਕੋਈ ਭੈਣ 'ਚ ਦਊਗਾ ਉਹਦੀ ਸਮਾਰ ਕੇ ਚੋਦਾਂਗੇ ਉਹ ਸਣੀ ਮਲਟਣ ਜਣੇ ਗਾਲਾਂ ਕੱਢਣੇ ਬਰਾਬਰ ਦਾ ਉਹ ਜਿਹਾ ਉਹਨੂੰ ਸਲੋਕ ਉਹਨੂੰ ਸਲੋਕ ਪਿਆ ਜੋ ਵੀ ਕੋਈ ਬੋਲੂਗਾ ਉਹਨੂੰ ਉੱਦਾਂ ਹੀ ਸਲੂਕ ਕਰਾਂਗੇ ਇਹ ਗੱਲ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਕਮੈਂਟਾਂ ਦਾ ਜਾਂ ਮੰਨ ਕੇ ਚੱਲ ਮੈਸੇਜ ਨਾਲ ਸਾਡੇ ਕੋਲ ਟਾਈਮ ਨਹੀਂ ਹੈਗਾ ਜੇ ਕਿਸੇ ਦੇ ਮੰਨ ਕੇ ਚੱਲ ਕੋਈ ਮੰਨ ਕੇ ਚੱਲ ਦਿਲ 'ਚ ਐਵੇਂ ਵੀ ਕੱਢਣੀ ਆ ਪੜਾਸ ਹਾਂ ਵੀ ਐਵੇਂ ਜਾ ਕੇ ਮੱਥਾ ਮਾਰਨਾ ਤਾਂ ਫਿਰ ਸਿੱਧਾ ਆ ਜਾਓ ਸਭ ਤੋਂ ਪਹਿਲਾਂ ਪਿਆਰ ਹੈ ਸਤਿਕਾਰ ਹੈ ਰਿਸਪੈਕਟ ਹੈ ਕਿਸੇ ਵੀ ਬੰਦੇ ਲਈ ਰਿਸਪੈਕਟ ਹੈ ਪਿਆਰ ਆ ਯਾਰ ਆਪਾਂ ਕਿਸੇ ਨਾਲ ਕੁਛ ਨਹੀਂ ਕਰਨਾ ਜੇ ਕੋਈ ਉਈ ਮੰਨ ਕੇ ਚੱਲ ਜੇ ਕੋਈ ਕਿਸੇ ਨੂੰ ਉਈ ਬੰਦਾ ਬੁਰਾ ਲੱਗੀ ਜਾਊ ਤੁਰਿਆ ਜਾਂਦਾ ਹੀ ਬੁਰਾ ਲੱਗੀ ਜਾਊ ਉਹ ਤਾਂ ਤੁਹਾਡੀ ਸੋਚ ਆ ਨਾ ਉਹ ਤਾਂ ਫਿਰ ਤੁਹਾਡੀ ਸੋਚ ਆ ਉਹਦਾ ਤੁਸੀਂ ਭੈਣ ਚੋਦ ਫਿਰ ਸਭ ਸਰੋਪਾ ਪਵਾਉਣਾ ਚਾਹੁੰਦੇ ਹਾਂ ਅਸੀਂ ਨਹੀਂ ਕਿਸੇ ਭੈਣ ਚੋਦ ਤੋਂ ਡਰਦੇ ਹੋਣਗੇ ਆਪਦੇ ਘਰੇ ਬਦਮਾਸ਼ ਹੋਣਗੇ ਬੈਲੀ ਹੋਣਗੇ ਸਭ ਕੁਛ ਆਪਦੇ ਘਰੇ ਆ ਹਰ ਇੱਕ ਬੰਦਾ ਯਾਰ ਅੱਜ ਤੁਸੀਂ ਇੱਕ ਗਰੀਬ ਮਜ਼ਦੂਰ ਆ ਉਹ ਆਪਦੇ ਘਰੇ ਠੀਕ ਆ ਰੋਟੀ ਖਾਂਦਾ ਯਾਰ ਬੰਦਾ ਆਪਦੇ ਘਰੇ ਬਈ ਉਹ ਆਪਣੇ ਆਪ ਨੂੰ ਆਪਦੇ ਘਰੇ ਬੰਦਾ ਰਾਜਾ ਹੈ ਦੁਨੀਆ ਕਿਸੇ ਤੋਂ ਨਹੀਂ ਜਿੱਤੀ ਜਾਂਦੀ ਨਾ ਕਿਸੇ ਤੋਂ ਦੁਨੀਆ ਜਿੱਤੀ ਗਈ ਹੈ ਦੁਨੀਆ ਅੱਜ ਤੀਕਰ ਕਿਸੇ ਬੰਦੇ ਤੋਂ ਦੁਨੀਆ ਨਹੀਂ ਜਿੱਤੀ ਗਈ ਮੰਨ ਕੇ ਚੱਲ ਸਿਕੰਦਰ ਬਾਦਸ਼ਾਹ ਹੋਇਆ ਸੀਗਾ ਕਹਿੰਦਾ ਬਾਬੇ ਨਾਨਕ ਨੇ ਇੱਕੋ ਹੀ ਗੱਲ ਨਿਬੜੀਆ ਬਾਹਲੀਆਂ ਗੱਲਾਂ ਦੀ ਕਹਿੰਦਾ ਮਨ ਜਿੱਤ ਲਓ ਅਤੇ ਜੱਗ ਜਿੱਤ ਲਓਗੇ ਸਾਰੀ ਦੁਨੀਆ ਜਿੱਤ ਲਓਗੇ ਅਸੀਂ ਆਪਦੇ ਘਰੇ ਰਾਜੇ ਹਾਂ ਅਸੀਂ ਭੈਣ ਚੋਦਿਆਂ ਕਿਸੇ ਭੈਣ ਚੋਦੀ ਕੋਈ ਹਕੂਮਤ ਸਾਡੇ 'ਤੇ ਕਰੂਗਾ ਕਿ ਅਸੀਂ ਨਹੀਂ ਭੈਣ ਚੋਦੀ ਕਿਤੇ ਉਹ ਚੱਲਦੇ ਜੇ ਕਿਤੇ ਧੌਣ 'ਚ ਕਿਲਾ ਤਾਂ ਕੱਢ ਕੇ ਤੋਰਾਂਗੇ ਬਰਾਬਰ ਕਿਸੇ ਦੀ ਭੈਣ ਦੇ ਬਰਾਬਰ ਬੰਝ ਠੋ ਕੇ ਤੋਰਾਂਗੇ ਭੈਣ ਦੀ ਲੰਨ ਕਿਸੇ ਦੀ ਠੀਕ ਹੈ ਇਹ ਗੱਲ ਹੈ ਹਾਂ ਸਿੱਧੂ ਮੂਸੇਵਾਲਾ ਭਰਾ ਹੈ ਰਹਿਣਾ ਯਾਰੀ ਆ ਠੀਕ ਹੈ ਤੁਸੀਂ ਤੁਹਾਨੂੰ ਭੈਣ ਚੋਦੋ ਕੋਈ ਮਿਲਦਾ ਨਹੀਂ ਤੁਹਾਨੂੰ ਕੋਈ ਪੁੱਛਦਾ ਨਹੀਂ ਗਿਲਦਾ ਨਹੀਂ ਤੁਸੀਂ ਉਈ ਭੈਣ ਦੀ ਪੁੱਤੀ ਕਾ ਵਿਆਹ ਵੀ ਚੱਕੀ ਰਹਿਣ ਭਰਾ ਹੈ ਸਾਡਾ ਤਾਂ ਅਸੀਂ ਹੁਣ ਕਹਿ ਦਈਏ ਹੜਲੇ ਦਾ ਖੜਦਾ ਅਸੀਂ ਤਾਂ ਖੜੇ ਹਾਂ ਉਹਦੇ ਨਾਲ ਖੜੇ ਰਹਾਂਗੇ ਸਿੱਧੀ ਜੀ ਗੱਲ ਹੈ ਕਿਉਂਕਿ ਜੇ ਕੋਈ ਧੌਣ 'ਚ ਕਿਲਾ ਸਾਡਾ ਤਾਂ
ਤੁਸੀਂ ਭੈਣ ਚੋ ਤੋਂ ਨਾ ਪਲੇਅਰਾਂ ਚ ਨਾ ਸਪੇਰਾਂ ਚ ਤੁਸੀਂ ਹੋਈ ਭੈਣ ਚ ਦਾਈਏ ਨਾ ਪਲੇਅਰਾਂ ਚ ਨਾ ਸਪੇਰਾਂ ਚ ਪਲੇਅਰ ਤਾਂ ਹੁੰਦੇ ਨੇ ਖੇਡਣ ਵਾਲੇ ਸਪੇਅਰ ਵੀ ਵਧੀਆ ਹੁੰਦੇ ਨੇ ਅਲੱਗ ਅਲੱਗ ਦਾ ਸਪੇਅਰ ਬੈਠੇ ਨੇ ਗੇ ਬਾਹਰ ਜੋ ਲੋੜ ਪੈ ਜੂਗੀ ਇਹ ਖੇਡ ਲੈਣਗੇ ਤੁਸੀਂ ਨਾ ਪਲੇਅਰਾਂ ਚ ਨਾ ਸਪੇਅਰਾਂ ਚ ਨਾ ਤਿੰਨ ਚ ਨਾ ਤੇਰਾਂ ਚ ਤੁਹਾਡਾ ਭੈਣ ਦੀ ਬੁੱਧੀ ਗਾ ਉਹ ਚੱਕ ਕੇ ਚੜਾਈ ਜਾਂਦੇ ਰਹਿਣੇ ਅਤੇ ਆਹ ਗੱਲਬਾਤ ਹੈ ਅਤੇ ਬਾਕੀ ਜਿਹਦਾ ਹੋਇਆ ਭੁਲੇਖਾ ਕੱਢ ਕੇ ਤੋਰਾਂਗੇ ਮੈਂ ਤੇਰੀ ਰਿਸਪੈਕਟ ਕਰਦਾ ਮੈਂ ਤੈਨੂੰ ਕੱਲ੍ਹ ਵੀ ਮੈਸੇਜ ਕਰਿਆ ਤੂੰ ਮੇਰਾ ਭਰਾ ਹੈ ਤੇਰੀ ਮੈਂ ਭੈਣ ਦਊਂਗਾ ਚੋਦ ਤੂੰ ਹੈਗਾ ਜਵਾਕ ਤੇਰੀ ਭੈਣ ਨਹੀਂ ਚੋਦੀ ਠੀਕ ਹੈ ਠੀਕ ਆ ਹਾਂ ਮੈਂ ਤੈਨੂੰ ਗੱਲ ਦੱਸਦਾ ਚੌਧਰੀ ਚੌਧਰੀ ਆ ਮੈਂ ਤੈਨੂੰ ਕੱਲ੍ਹ ਵੀ ਕਿਹਾ ਸੀ ਵੀ ਮੈਂ ਤੈਨੂੰ ਪਿਆਰ ਕਰਦਾ ਤੂੰ ਮੇਰਾ ਛੋਟਾ ਭਰਾ ਹੈ ਤੂੰ ਲੰਨ ਫੜ ਲੈ ਭੈਣ ਦੀ ਲੌੜਾ ਲੈਣਾ ਤੈਨੂੰ ਮੈਂ ਤੇਰੇ ਗਾਂਢ 'ਚ ਮਾਰਿਆ ਫੈਰ ਤੇਰੀ ਜੇ ਤੂੰ ਭੈਣ 'ਚ ਤਾਂ ਤੇ ਟੋਡਾ ਟੋਡਾ ਤੁਰੇਗਾ ਨਾ ਤੇਰੇ ਨਾ ਤੂੰ ਆਉਣਾ ਨਾ ਤੇਰੇ ਪਿੱਛੇ ਕਿਸੇ ਨੇ ਹੋਰ ਆਉਣਾ ਮੈਂ ਤੈਨੂੰ ਕੱਲ੍ਹ ਇੱਕ ਗੱਲ ਕਹੀ ਸੀ ਆ ਜਵਾਕ ਜਾਏ ਮੈਂ ਤੇਰੀ ਰਿਸਪੈਕਟ ਕਰਦਾ ਜਦੋਂ ਫਿਰ ਕਹੂਗਾ ਬਾਈ ਮੈਂ ਤੇਰਾ ਫੈਨ ਆ ਤੇਰੀ ਭੈਣ ਦਾ ਘੂਸਾ ਪੈਣਾ ਤੇਰੀ ਦਾ ਭੈਣ ਚੋ ਸਾਲਾ ਲੌੜਾ ਸਾਲਾ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਭੈਣ ਚੋ ਤਾਂ ਤੂੰ ਆਪਦੇ ਬਕਵਾਸ ਉਹਦੇ ਪ੍ਰਾਹੁਣੇ ਨੂੰ ਮੈਂ ਤੈਨੂੰ ਕੱਲ੍ਹ ਇਹਨੂੰ ਸਪੈਸ਼ਲੀ ਇਹ ਬੰਦੇ ਨੂੰ ਮੈਸੇਜ ਕਰ ਮੈਸੇਜ ਕਰਿਆ ਵੀ ਮੈਂ ਤੈਨੂੰ ਪਿਆਰ ਕਰਦਾ ਛੋਟੇ ਭਾਈ ਐਵੇਂ ਗਾਂਢ ਪੰਗੇ ਜਣਾ ਲਿਆ ਕਰ ਮੈਂ ਤੇਰੀ ਮੈਂ ਭੈਣ ਚੋ ਉਦੋਂ ਠੀਕ ਆ ਤੂੰ ਭੈਣ ਚੋ ਤਾਂ ਤੈਨੂੰ ਮੈਂ 20 ਵਾਰੀ ਸਮਝਾਤਾ ਲੰਨ ਫੜ ਲਾ ਤੂੰ ਭੈਣ ਚੋ ਤਾਂ ਨਾ ਪਲੇਅਰਾਂ 'ਚ ਨਾ ਸਪੇਅਰਾਂ 'ਚ ਨਾ ਤੈਨੂੰ ਕੋਈ ਪੁੱਛਦਾ ਨਾ ਤੈਨੂੰ ਕੋਈ ਗਿਣਦਾ ਸਾਲਾ ਬਣਿਆ ਭੈਣ ਚੋ ਸਾਲਾ ਲੌਂਗਾ ਮੈਂ 20 ਵਾਰੀ ਸਮਝਾਇਆ ਵੀ ਨਾ ਬਈ ਯਾਰ ਮੈਂ ਪਿਆਰ ਨਾਲ ਸਮਝਾਇਆ ਇਹ ਭੈਣ ਚੋ ਤਾਂ ਚੱਕ ਕੇ ਕਮੈਂਟ ਜਾ ਕਰਨ ਲੱਗ ਜੂ ਤੇਰੀ ਮੈਂ ਭੈਣ ਚੋ ਉਦੋਂ ਜੇ ਤੇਰੇ 'ਚ ਕੋਈ ਦਾਵਾਂ ਤੇਰੀ ਗਾਂਢ 'ਚ ਤੂੰ ਸਾਹਮਣੇ ਆ ਪਿੰਡ ਸਾਲਾ ਭੈਣ ਚੋ ਸਾਲਾ ਲੌਂਗਾ ਜੇ ਤੇਰੀ ਇੰਨਾ ਹੀ ਗੁਣ 'ਚ ਦਾਵਾਂ ਤੂੰ ਆਹ ਪਿੰਡ ਭੈਣ ਚੋ ਤਾਂ ਤੇਰੀ ਚੋਦਾਂ ਭੈਣ ਨੂੰ ਤੇਰੀ ਨੂੰ ਮੈਂ ਕਿਉਂਕਿ ਉਹ ਬੰਦੇ ਨੂੰ ਜੇ ਮੈਂ ਕਿਸੇ ਨਾਲ ਪੰਗਾ ਲਵਾਂ ਹਨਾ ਮੇਰੇ 'ਚ ਤਾਂ ਜੇ ਮੈਂ ਕਿਸੇ ਨਾਲ ਪੰਗਾ ਲਵਾਂ ਮੈਂ ਕਹਾਂ ਵੀ ਆ ਜਾ ਮੇਰੇ ਪਿੰਡ ਆ ਜਾ ਜੇ ਹੁਣ ਮੇਰੇ ਨਾਲ ਕੋਈ ਪੰਗਾ ਲੈਂਦਾ ਆ ਜਾ ਵੀ ਮੇਰੇ ਪਿੰਡ ਆ ਜਾ ਮੈਂ ਕਹਿ ਸਕਦਾ ਕਿਉਂਕਿ ਇਹ ਮੇਰੇ ਨਾਲ ਬੰਦਾ ਪੰਗਾ ਲੈਂਦਾ ਇਹਨੂੰ ਮੈਂ ਤਾਂ ਸੁਣਾਇਆ ਇਹਨੂੰ ਮੈਂ ਕਿੰਨੇ ਵਾਰੀ ਸਮਝਾਇਆ ਵੀ ਸਮਝ ਜਾ ਉਈ ਭੈਣ ਚੋ ਤਾਂ ਹੁਣ ਮੈਂ ਇੱਕ ਮੈਂ ਤੈਨੂੰ ਗੱਲ ਦੱਸਦੀ ਹੁਣ ਤੇਰੀ ਮੈਂ ਚੋਦੂ ਧਰ ਕੇ ਹੁਣ ਮੈਂ ਤੈਨੂੰ ਅੱਜ ਤੱਕ ਤੈਨੂੰ ਮੈਂ ਕੱਲ੍ਹ ਮੈਸੇਜ ਕਰਕੇ ਵੀ ਕਿਹਾ ਹੁਣ ਮੈਂ ਤੇਰੀ ਚੋਦੂ ਇਹ ਵੀ ਹੁਣ ਤੂੰ ਮੈਂ ਤੈਨੂੰ ਮੈਂ ਲਾਈਵ 'ਚ 2000 ਬੰਦਾ ਲਾਈਵ ਸੁਣ ਰਿਹਾ ਹੁਣ ਮੈਂ ਤੇਰੀ ਚੋਦੂ ਹੁਣ ਮੈਂ ਤੈਨੂੰ ਇਹ ਵੀ ਗੱਲ ਦੱਸਦੀ ਹੁਣ ਤੂੰ ਤਗੜਾ ਹੋ ਜੀ ਭੈਣ ਚੋ ਤਾਂ ਹੁਣ ਤੂੰ ਤਗੜਾ ਹੋ ਜੀ ਮੈਂ ਤੈਨੂੰ ਪਿਆਰ ਨਾਲ ਸਮਝਾਇਆ ਤੂੰ ਪਿਆਰ ਨਾਲ ਨਹੀਂ ਸਮਝਿਆ ਤੂੰ ਉਵੇਂ ਨਹੀਂ ਸਮਝਿਆ ਹੁਣ ਤੂੰ ਵੰਡ ਪੜਵਾ ਕੇ ਸਮਝੇਗਾ ਮੈਨੂੰ ਸਾਰਾ ਕੁਝ ਲੱਗੇ ਗੱਲ ਦਾ ਪਤਾ ਲੱਗ ਗਿਆ ਭੈਣ ਚੋ ਸਾਲਾ ਇਹ ਗੁਰਵਿੰਦਰ ਗੁਰਵਿੰਦਰ ਪਤਾ ਨਹੀਂ ਕੀ ਸੁਣਦਾ ਹੈ ਭੈਣ ਚੋ ਸਾਲਾ ਇਹਨੂੰ ਮੈਂ ਪਿਆਰ ਨਾਲ ਸਮਝਾ ਲਿਆ ਪਿਆਰ ਨਾਲ ਨਹੀਂ ਸਮਝਿਆ ਇਹ ਭੈਣ ਚੋਦ ਨੂੰ ਮੈਂ ਕਿੰਨੇ ਵਾਰੀ ਸਮਝਾ ਲਿਆ ਤੇਰੀ ਕੁੜੀ ਦੇ ਲੰਨ 100 ਬੰਦੇ ਦੀਆਂ ਯਾਰੀਆਂ ਨਹੀਂਆਂ 100 ਬੰਦੇ ਦਾ ਪਿਆਰ ਹੈ ਤੁਹਾਨੂੰ ਭੈਣ ਚੋ ਤਾਂ ਆਪਦੇ ਰਿਸ਼ਤੇਦਾਰਾਂ ਲਈ ਆਪਦੇ ਭਰਾਵਾਂ ਲਈ ਸਭ ਕੁਝ ਖੜਦਾ ਖੜਦਾ ਕਿਉਂ ਨਹੀਂ ਖੜਦਾ ਜਿਹਨਾਂ ਨਾਲ ਭਰਾਵਾਂ ਨਾਲ ਦਿਲੋਂ ਪਿਆਰ ਮੈਂ ਖੜਾ ਸਿੱਧੂ ਨੂੰ ਮੂਸੇ ਵਾਲੇ ਨਾਲ ਖੜਾ ਤੇਰੀ ਭੈਣ ਚੋ ਤਾਂ ਉਹੀ ਗਾਂਢ ਪਾੜਦੀ ਆ ਸਾਲਿਆ ਲੱਤ ਦੇ ਲੱਤ ਧਰ ਕੇ ਗਾਂਢ ਪਾੜ ਦੂੰ ਤੇਰੀ ਭੈਣ ਚੋ ਤਾਂ ਤੈਨੂੰ ਫੁੱਦੂ ਨਾ ਸਮਝੀ ਚੈੱਕ ਕਰ ਲਈ ਭੈਣ ਚੋ ਤਾਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਕੇਸ ਚੱਲਦੇ ਨੇ ਫੁੱਦੂ ਕੱਲਾਂ ਦੇ ਕੇਸ ਨਹੀਂ ਚੱਲਦੇ ਇਹ ਗੱਲਾਂ ਕੋਈ ਦੱਸਣ ਵਾਲੀ ਨਹੀਂ ਹੁੰਦੀ ਲਾਈਵ ਦੇ ਵਿੱਚ ਭੈਣ ਚੋ ਤਾਂ ਤੈਨੂੰ ਐਂ ਲੱਗਦਾ ਵੀ ਉਹੀ ਤੁਰੇ ਫਿਰਦੇ ਨੇ ਉਈ ਵੀ ਬਸ ਹਾਂ ਖੇਤਾਂ ਵਾਲੀ ਨਿਕਲ ਵੀ ਖੇਤ ਦੇ ਵਿੱਚ ਤੁਰੇ ਫਿਰਦੇ ਨੇ ਵੀ ਚਲੋ ਦੇਸੀ ਜੇ ਬੰਦੇ ਨੇ ਦੇਸੀ ਦੂਸੀ ਨਹੀਂ ਹੈਗੇ ਭੈਣ ਚੋ ਤਾਂ ਲੱਤ ਦੇ ਲੱਤ ਧਰ ਕੇ ਤੇਰੀ ਗਾਂਢ ਪਾੜ ਦਾਂਗੇ ਜੇ ਹੁਣ ਕੋਈ ਬੋਲਿਆ ਐਵੇਂ ਲਾਈਵ ਹੋਏ ਨਾ ਮੈਂ ਕਿਤੇ ਕਮੈਂਟ ਕਰ ਦੂੰ ਥੱਲੇ ਕਿਤੇ ਕੁਛ ਕਰ ਦੂੰ ਕਿਤੇ ਕੁਛ ਕਰ ਦੂੰ ਭੈਣ ਜੀ ਲੌੜਾ ਲੈਣਾ ਇਸ ਗੱਲ ਦਾ ਮਰਨੇ ਜੱਟ ਨੇ ਜ਼ਿੰਦਗੀ 'ਚ ਵਿਆਹ ਨਹੀਂ ਕਰਾਇਆ ਕਿ ਸੜੇ ਰਵਾਂਗੇ ਕੀ ਪਤਾ ਵੀ ਕਿਹੜੇ ਵੇਲੇ ਕਿਸੇ ਨਾਲ ਪੰਗਾ ਪੈ ਜੇ ਜੇਲ੍ਹ ਦੀਆਂ ਰੋਟੀਆਂ ਖਾ ਆਵਾਂਗੇ ਭੈਣ ਦੀ ਲਾ ਖਾ ਆਵਾਂਗੇ ਸਾਨੂੰ ਕੁੜਾ ਅਸੀਂ ਤਾਂ ਬੈਠੇ ਰਹਾਂਗੇ ਸੜੇ ਮਲੰਗਾ ਜਾਂ ਤੂੰ ਸਾਨੂੰ ਮਾਰ ਦੇਂਗਾ ਜਾਂ ਅਸੀਂ ਤੈਨੂੰ ਮਾਰ ਦਾਂਗੇ ਬਸ ਗੱਲ ਇੱਥੇ ਹੀ ਖਤਮ ਆ ਜੇ ਕੋਈ ਬੰਦਾ ਸਿਰ ਤੇ ਚੜੂ ਉਹਦਾ ਇੱਕੋ ਹੀ ਗੱਲ ਹੈ ਵੀ ਜਾਂ ਆਪਾਂ ਉਹਦੇ ਫੈਰ ਮਾਰ ਦਾਂਗੇ ਜਾਂ ਉਹ ਸਾਡੇ ਮਾਰੂ ਜਾਂ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਤਾਂ ਦੇਖ ਇਹ ਆ ਸੁਣ ਮੈਂ ਦੱਸਦਾ ਸਭ ਤੋਂ ਵੱਡੀ ਗੱਲ ਤਾਂ ਨਮਰਦਗੀ ਦੀ ਜਾਂ ਆਪਣੀ ਇਹ ਗੱਲ ਆ ਵੀ ਪਹਿਲਾਂ ਅਗਲੇ ਦੇ ਪਿੰਡ ਜਾਓ ਜੇ ਤੁਹਾਡੇ ਮੰਨ ਕੇ ਚੱਲ ਸਿੱਧਾ ਦੇਖੋ ਵੀ ਆ ਜਾਓ ਬੰਦੇ ਨਾਲ ਜਿਹਨੇ ਦੇਖਣਾ ਸਿੱਧਾ ਘੋਲ ਆ ਜਾਓ ਵੀ ਤਕੜਾ ਹੋ ਕੇ ਦੇਖੋ ਇਕੱਲੇ ਨੂੰ ਇਕੱਲਾ ਦੇਖੋ ਮਰਦ ਦੀ ਪਛਾਣ ਹੈ ਇਕੱਲੇ ਨੂੰ ਇਕੱਲਾ ਦੇਖੋ ਮਰਦ ਦੀ ਪਛਾਣ ਇਹ ਨਹੀਂ ਹੁੰਦੀ ਵੀ ਜੇ ਬੰਦਾ ਕੋਈ ਮੰਨ ਕੇ ਤੁਰਿਆ ਜਾਂਦਾ ਵੀ ਅਗਲੇ ਦੇ ਪਿੱਛੇ ਗੋਲੀ ਮਾਰੋ ਫਾਇਰ ਮਾਰੋ ਲੁੱਕੇ ਇਹ ਤੁਹਾਡੀ ਭੈਣ ਦਾ ਘੂਸਾ ਮਰਦਗੀ ਹੈ ਅਤੇ ਹਾਂ ਜੀ ਆਪਸ਼ਲ ਹੈਰੀ ਇਹ ਕਹਿ ਰਿਹਾ ਟੈਂਪੂ ਸਹੀ ਗੱਲ ਹੈ ਤੂੰ ਕਿਹਾ ਭੈਣ 'ਚ ਤਾਂ ਸਹੀ ਗੱਲ ਹੈ ਕਿਉਂਕਿ ਮੈਂ ਤੁਹਾਡੀ ਕੁੜੀ ਕੱਢ ਲਈ ਸੀ ਨਾ ਤਾਂ ਕਰਕੇ ਤੁਹਾਡੀ ਕੁੜੀ ਬਾਈ ਮੈਂ ਇਹਨਾਂ ਦੀ ਕੁੜੀ ਕੱਢ ਲਈ ਸੀ ਮੈਨੂੰ ਤਾਂ ਇਹ ਕਹਿ ਰਿਹਾ ਗੁੱਸਾ ਇਹਦੇ ਮਨ 'ਚ ਵਿਚਾਰੇ ਦੇ ਸਹੀ ਗੱਲ ਹੈ ਇਹਨਾਂ ਦੀ ਕੁੜੀ ਮੇਰੇ ਨਾਲ ਸੈੱਟ ਸੀ ਇਹਨਾਂ ਦੀ ਕੁੜੀ ਮੈਂ ਕੱਢ ਲਈ ਸੀ ਤਾਂ ਕਰਕੇ ਜਿਹੜਾ ਹੈਰੀ ਆ ਉਹ ਤਾਂ ਕਰਕੇ ਮੈਨੂੰ ਇਹ ਚੀਜ਼ਾਂ ਬੋਲ ਰਿਹਾ ਇਹ ਗੱਲ ਹੈ ਵੀਰੇ ਸਹੀ ਆ ਵੀਰੇ ਤੂੰ ਹੈਰੀ ਸਹੀ ਗੱਲ ਆ ਮੈਂ ਤੁਹਾਡੀ ਕੁੜੀ ਕੱਢ ਲਈ ਸੀਗੀ ਆਹ ਹੈ ਇਹਦਾ ਮੈਂ ਸਮਾਰਕ ਹੀ ਨਾਂ ਬੋਲ ਦਿੰਦਾ ਫਿਰ ਕੱਲ੍ਹ ਨੂੰ ਕਿਉਂਕਿ ਫਿਰ ਕਈ ਭੁਲੇਖਾ ਨਾ ਰਹਿ ਜੇ ਆਪਸ਼ਲ ਹੈਰੀ 97 ਇਹ ਗੱਲ ਖੁਸ਼ ਹੈ ਹੁਣ ਭੈਣ ਚੋ ਤਾਂ ਸਾਂਪ ਪਾ ਕੇ ਖੁਸ਼ ਹੈ ਆਪਦੀ ਭੈਣ ਨੂੰ ਆ ਕੇ ਖੁਸ਼ ਹੈ ਹੁਣ ਲੋਕ ਭੈਣ ਚੋ ਤਾਂ ਮੇਰਾ ਜੀ ਨਹੀਂ ਸੀ ਕਰਦਾ ਬੋਲਣ ਨੂੰ ਤੂੰ ਭੈਣ ਚਦਾਈ ਹੈ ਤਾਂ ਬੋਲਣਾ ਪਿਆ ਭੈਣ ਦੀ ਲੌੜਾ ਲੈਣਾ ਸਾਰਾ ਹੁਣ ਖੁਸ਼ ਹੈ ਭੈਣ ਚੋ ਤਾਂ ਹੁਣ ਬੋਲੋ ਕਿਹੜਾ ਬੋਲਦਾ ਉਹਦੀ ਵੀ ਗਈ ਸਲਾਮੀ ਪਾਊਂ ਆਓ ਬੋਲੋ ਕੱਢੋ ਕਿਹੜਾ ਕੱਢਦਾ ਗਾਲ ਉਹਦੀ ਵੀ ਕੁੜੀ ਦਾ ਸਲਾਮੀ ਪਾਊਂ
ਇਹਨਾਂ ਨੂੰ ਬਾਈ ਇਸੇ ਮੱਕਾ ਪੱਖ ਨੇ ਸਮਝਾਉਣਾ ਪਊ, ਇਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਐਵੇਂ ਹੀ ਸਮਝਾਉਣਾ ਪਊ ਵੀ ਆ ਜਾਓ ਆ ਜਾਓ ਭੈਣ ਚੋਦੋ ਆ ਜਾਓ। ਮੈਂ ਗੱਲ ਕੁਛ ਹੋਰ ਕਰਦਾ, ਮੇਰੀ ਗੱਲ ਕਰਦੇ ਕਰਦੇ ਮੈਂ ਚੰਗੀ ਗੱਲ ਕਰ ਰਿਹਾ ਸੀ, ਇਹਨੇ ਕੱਟੀ, ਇਹਨੇ ਕਮੈਂਟ ਕਰਿਆ, ਇਹਨੇ ਗਾਲ ਕੱਢੀ, ਤਾਂ ਫਿਰ ਆਹ ਸਵਾਦ ਲੈ ਲੈ, ਸਵਾਦ ਲੈ ਲੈ ਭੈਣ ਚੋਦਾ, ਹੁਣ ਪਰਾਹੁਣੇ ਤੋਂ ਲੁੱਟ ਰਿਹਾ ਹੁਣ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਮਾਮਲੇ ਸੰਬੰਧੀ ਤੁਹਾਡੀ ਕੀ ਰਾਏ ਹੈ ਕਿ ਕਿਸੇ ਸਿੰਗਰ ਦੀ ਸਪੋਰਟ ਕਰਨ 'ਤੇ ਲੋਕਾਂ ਵੱਲੋਂ ਵਿਰੋਧ ਕਰਨਾ ਠੀਕ ਹੈ ਜਾਂ ਨਹੀਂ, ਅਤੇ ਆਖਿਰਕਾਰ ਤੁਹਾਨੂੰ ਕਿਹੜਾ ਗਾਇਕ ਸਹੀ ਲੱਗਦਾ ਹੈ, ਆਪਣੇ ਕਮੈਂਟ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ। ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸੇ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।